ਇਹ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭਾਮੜੀ ਦੇ ਕਿਸਾਨ ਹਰਿੰਦਰ ਸਿੰਘ ਰਿਆੜ ਹਰਿੰਦਰ ਸਿੰਘ ਗੰਨੇ ਦੀ ਕਾਸ਼ਤ ਇੱਕ ਵੱਖਰੀ ਵਿਧੀ ਰਾਹੀਂ ਕਰਦੇ ਨੇ ਜਿਸ ਨਾਲ ਉਹ ਗੰਨੇ ਦੇ ਨਾਲ-ਨਾਲ ਦੂਜੀਆਂ ਫਸਲਾਂ ਵੀ ਉਗਾਉਂਦੇ ਨੇ ਇਸ ਵਿਧੀ ਨੂੰ ਟ੍ਰੈਂਚ ਵਿਧੀ ਕਿਹਾ ਜਾਂਦਾ ਹੈ ਹਰਿੰਦਰ ਸਿੰਘ ਟ੍ਰੈਂਚ ਟੈਕਨੀਕ ਨਾਲ ਪਿਛਲੇ ਕਈ ਸਾਲਾਂ ਤੋਂ ਗੰਨਾ ਬੀਜ ਰਹੇ ਨੇ ਜਿਸ ਕਾਰਨ ਉਹਨਾਂ ਨੂੰ ਕਾਫੀ ਲਾਭ ਵੀ ਮਿਲ ਰਿਹਾ ਹੈ ਉਦਾਵਾ ਕਰਦੇ ਹਨ ਕਿ ਇਸ ਨਾਲ ਪਾਣੀ ਦੀ ਬਚਤ ਹੋਣ ਦੇ ਨਾਲ-ਨਾਲ ਵੱਧ ਝਾੜ ਵੀ ਮਿਲਦਾ ਹੈ ਮੈਂ 2016 ਦੇ ਵਿੱਚ ਇੱਕ ਆਪਣੇ ਤਰੀਕੇ ਨਾਲ ਮੈਂ ਗੰਨੇ ਨੂੰ ਟ੍ਰੈਂਚ ਮੈਥਡ ਦੇ ਨਾਲ ਲਾਉਣਾ ਸ਼ੁਰੂ ਕੀਤਾ ਸੀਗਾ 15 16 ਦੇ ਵਿੱਚ ਨਾ ਵੀ ਮੈਂ 50 ਏਕੜ ਗੰਨੇ ਦੀ ਖੇਤੀ ਕਰਦਾ ਉਹ ਸਾਰਾ ਹੀ ਗੰਨਾ ਜਿਹੜਾ ਉਹ 5 ਫੁੱਟ ਤੇ ਲੱਗਾ ਹੋਇਆ ਜਿਹਨੂੰ ਅਸੀਂ ਬੀਜਣ ਤੋਂ ਲੈ ਕੇ ਕਟਾਈ ਤੱਕ ਲਗਭਗ 90% ਜਿਹੜਾ ਕੰਮ ਆ ਉਹ ਅਸੀਂ ਮਸ਼ੀਨੀ ਕਰਨਾ ਕਰਦੇ ਆ ਜਿਹੜੀ ਇਹਦੀ ਗੜਾਈ ਆ ਉਹ ਵੀ ਟਰੈਕਟਰ ਛੋਟੇ ਦੇ ਨਾਲ ਕਰਦੇ ਆ ਤੇ ਜਿਹੜੀ ਇਹਦੀ ਕਟਾਈ ਆ ਉਹ ਵੀ ਅਸੀਂ ਹਾਰਵੈਸਟਰ ਦੇ ਨਾਲ ਕਰਦੇ ਆ ਇਸ ਕਰਕੇ ਜਿਹੜਾ ਲੋਕਾਂ ਦੇ ਵਿੱਚ ਇਹ ਆ ਵੀ ਇੱਥੇ ਸਾਨੂੰ ਗੰਨੇ ਵੀ ਵੇਖੋ ਤੁਸੀਂ ਮੇਰੇ ਪਿੱਛੇ ਗੰਨਾ ਵੇਖ ਰਹੇ ਹੋ ਮਾਰਚ ਦੀ ਬਜਾਈ ਆ ਤੇ ਇਹਨੂੰ ਇਸ ਵੇਲੇ ਚੌਥੀ ਬਣਾਈ ਇਹਦੀ ਅਸੀਂ ਰस्सੀਆਂ ਦੇ ਨਾਲ ਕਰ ਰਹੇ ਆ ਤੇ ਇਹ 5 ਫੁੱਟ ਤੇ ਲੱਗਾ ਹੋਇਆ ਵੇਚੇ ਦੇ ਬਿਲਕੁਲ ਰਸਤੇ ਬਣੇ ਹੋਏ ਆ ਭਾਵੇਂ ਤੁਸੀਂ ਅੱਗੇ ਤੱਕ 2 ਕਿੱਲੇ ਦੀ ਲੰਬਾਈ ਆ 3 ਕਿੱਲੇ ਦੀ ਲੰਬਾਈ ਆ ਆਰ ਪਾਰ ਵਿੱਚੋਂ ਜਿਹੜਾ ਉਹ ਦੇਖਦਾ ਠੀਕਾ ਤੁਸੀਂ ਇਹਦੇ ਵਿੱਚ ਵੇਖ ਰਹੇ ਹੋ ਕਿ ਸਿਆੜ ਬਣੇ ਆ ਗੰਨੇ ਨੂੰ ਮਿੱਟੀ ਲੱਗੀ ਹੋਈ ਆ ਆਪਾਂ ਜਿਹੜਾ ਪਾਣੀ ਉਹ ਖਾਲੀਆਂ ਦੇ ਵਿੱਚ ਲਾਉਂਦੇ ਆ ਇਹਦੇ ਨਾਲ ਜੇ ਫਲੱਡ ਨਾਲ ਪਾਣੀ ਆ ਆਪਾਂ ਲਾਵਾਂਗੇ ਉਦੇ ਮੁਕਾਬਲੇ ਇਹ 30 ਤੋਂ 35% ਪਾਣੀ ਲੱਗਦਾ ਇੱਕ ਤੇ ਇੱਕ ਇਹ ਫਾਇਦਾ ਹੋ ਗਿਆ ਦੂਸਰਾ ਪਾਣੀ ਜਿਹੜਾ ਗੰਨੇ ਦੇ ਵਿੱਚ ਜਿਹੜਾ ਅਸੀਂ ਪਾਣੀ ਲਾਉਂਦੇ ਹਾਂ ਪਾਣੀ ਰੀਚਾਰਜ ਹੁੰਦਾ ਗੰਨੇ ਦੀ ਖੇਤੀ ਦੇ ਨਾਲ ਨਾਲ ਹਰਿੰਦਰ ਸਿੰਘ ਗੰਨੇ ਦੀ ਪਨੀਰੀ ਵੀ ਆਪ ਤਿਆਰ ਕਰ ਰਹੇ ਨੇ ਉਹਨਾਂ ਨੇ ਪਨੀਰੀ ਤਿਆਰ ਕਰਨ ਲਈ ਇੱਕ ਵਿਸ਼ੇਸ਼ ਨਰਸਰੀ ਵੀ ਸਥਾਪਿਤ ਕੀਤੀ ਹੈ ਇਸ ਨਰਸਰੀ ਦੇ ਰਾਹੀਂ ਆਲੇ ਦੁਆਲੇ ਦੇ ਕਿਸਾਨਾਂ ਨੂੰ ਵੀ ਕਾਫੀ ਫਾਇਦਾ ਮਿਲ ਰਿਹਾ ਹੈ ਪਨੀਰੀ ਸਾਡੀ ਐਸ ਵੇਲੇ 1 ਮਹੀਨੇ ਦੀ ਆ ਅਸੀਂ ਝੋਨਾ ਕਟਿਆ ਤੇ ਸਾਡਾ ਗੰਨਾ ਅਸੀਂ ਜਿਹੜਾ ਇਹ ਟ੍ਰਾਂਸਪਲੈਂਟ ਕੀਰ ਦੇ ਵਿੱਚ ਕਰ ਦੇਣਾ ਇੱਕ ਮਹੀਨਾ ਸਾਡਾ ਸਮਾਂ ਬਚ ਗਿਆ ਸਭ ਤੋਂ ਪਹਿਲੀ ਗੱਲ ਦੂਸਰਾ ਇਹਦੇ ਨਾਲ ਸਾਡੀ ਜਿਹੜੀ ਬਚਤ ਆ ਉਹ ਇਹ ਆ ਕਿ ਸਾਡਾ ਜਿਹੜਾ ਗੰਨੇ ਦਾ ਸੀਡ ਆ ਉਹ ਲਗਭਗ 6-7 ਕੁਇੰਟਲ ਇੱਕ ਏਕੜ ਦੇ ਵਿੱਚ ਲੱਗਦਾ ਜੇ ਅਸੀਂ ਸਿੱਧੇ ਤਰੀਕੇ ਨਾਲ ਲਾਉਨੇ ਆ ਤੇ ਸਾਡਾ 25-30 ਕੁਇੰਟਲ 35 ਕੁਇੰਟਲ ਜਿਹੜੇ ਮੋٹے ਗੰਨੇ ਆ ਜਿਦਾ 85 ਆ 118 ਜਾਂ ਹੋਰ ਉਹ 40 ਕੁਇੰਟਲ ਤੱਕ ਵੀ ਸਾਡਾ ਇੱਕ ਏਕੜ ਦਾ 8 ਕਨਾਲ ਦੇ ਵਿੱਚ ਲੱਗ ਜਾਂਦਾ ਇਹਦੇ ਨਾਲ ਬੀਜ ਦੀ ਬਚਤ ਆ ਸਮੇਂ ਦੀ ਬਚਤ ਆ ਇਹਦੇ ਨਾਲ ਸਾਡਾ ਜਿਹੜਾ ਝਾੜ ਆ ਉਹ ਲਗਭਗ 15-20% ਝਾੜ ਵੀ ਸਾਡਾ ਜਿਹੜਾ ਇਹਦੇ ਨਾਲ ਵੱਧਦਾ ਝਾੜ ਦੂਸਰੇ ਨਾਲੋਂ ਪਲੱਸ ਨਿਕਲਦਾ ਕਿਉਂਕਿ ਮੈਂ ਇਸ ਨੂੰ ਅਜ਼ਮਾਇਆ ਹੋਇਆ ਪਹਿਲੀ ਵਾਰ ਹੋਇਆ ਕਿ ਜਦੋਂ ਮੈਂ ਇਹ ਆਪਣਾ ਖੇਤ ਇਸ ਤਰ੍ਹਾਂ ਤਿਆਰ ਕੀਤਾ ਸੀ ਪਨੀਰੀ ਤੋਂ ਤੇ ਉਹ ਲੱਗੇ ਸ਼ਾਕੇ ਮੇਰੇ ਏਰੀਆ ਵਿੱਚ ਲੋਕੀ ਵੇਖਣ ਆਉਂਦੇ ਸੀ ਕਿ ਇਹ ਗੰਨਾ ਇਹਦਾ ਇੰਨਾ ਉੱਚਾ ਕਿੱਦਾਂ ਹੋ ਕਿਉਂਕਿ ਇਹ ਅਜੇ ਨਵਾਂ ਨਵਾਂ ਕਨਸੈਪਟ ਚੱਲਿਆ ਵਾ ਤੇ ਮੈਂ ਪਹਿਲਾ ਕਿਸਾਨ ਸੀ ਆਪਣੇ ਪਿੰਡ ਵਿੱਚ ਜਿੰਨੇ ਇਹ ਸਿਡਲਿੰਗ ਤੋਂ ਕੀਤਾ ਸੀ ਤਿਆਰ ਵਿਖੇਤ ਤੇ ਇਹਦਾ ਮੇਰਾ ਕੋਈ ਝਾੜ ਆਮ ਸਾਡੇ ਜਿਹੜੇ ਔਸਤਨ ਝਾੜ ਨੇ ਯੂਨੀਵਰਸਿਟੀ ਵੀ ਜੋ ਸਫਾਰਿਸ਼ ਕਰਦੀ ਆ ਕੋਈ 300 ਕੋਈ 350 ਕੋਈ 350 ਜਹਾਂ ਤੋ ਹੱਦ ਕੋਈ 400 ਦੇ ਲਾਗੇ ਟੱਚ ਕਰਦਾ ਪਰ 400 ਤੱਕ ਨਹੀਂ ਜਾਂਦਾ ਹਨ ਤੋ ਉਸ ਖੇਤ ਵਿੱਚ ਮੇਰਾ 450 ਪਲੱਸ ਜਿਹੜਾ ਝਾੜ ਆਇਆ ਸੀ ਖੇਤੀ ਮਾਹਰਾਂ ਦਾ ਮੰਨਣਾ ਹੈ ਕਿ ਗੰਨੇ ਦੀ ਕਾਸ਼ਟ ਕਣਕ ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਨਿਕਲਣ ਲਈ ਇੱਕ ਚੰਗਾ ਬਦਲ ਹੈ ਇੱਕ ਡਾਈਵਰਸੀਫਿਕੇਸ਼ਨ ਦੇ ਲਈ ਇੱਕ ਕਿਸਾਨਾਂ ਦੇ ਲਈ ਬਹੁਤ ਵਧੀਆ ਵਿਕਲਪ ਆ ਇੱਕ ਬੜਾ ਬੜਾ ਵਧੀਆ ਉਸ ਨੌਜਵਾਨ ਕਿਸਾਨ ਨੇ ਵਿਕਲਪ ਕੱਢਿਆ ਔਰ ਉਸ ਦੇ ਵਿੱਚ ਜਿਵੇਂ ਆਪਾਂ ਕਹਿ ਰਹੇ ਨਰਸਰੀ ਨਰਸਰੀ ਪਹਿਲਾਂ ਤਾਂ ਫਾਇਦਾ ਉਸ ਨੇ ਇਹ ਨਵੀਂ ਚੀਜ਼ ਲਿਆ ਕੇ ਆਪਣੇ ਲਈ ਇੱਕ ਵਪਾਰਕ ਸੋਚ ਅਪਣਾਉਂਦਿਆਂ ਹੋਇਆ ਆਮ ਕਿਸਾਨ ਤੋਂ ਹਟ ਕੇ ਉਸ ਨੇ ਉਹ ਇਸ ਧੰਦੇ ਨੂੰ ਅਪਣਾ ਲਿਆ ਕਿ ਸਹਾਇਕ ਧੰਦਾ ਬਣਾ ਲਿਆ ਦੂਸਰੀ ਗੱਲ ਜਿਹੜੀ ਹੈ ਕਿ ਉਹ ਕਿਸਾਨ ਦੇ ਲਈ ਬਿਹਤਰੀ ਕਿਵੇਂ ਆ ਜਾਂ ਉਸ ਦੇ ਲਈ ਵੀ ਬਿਹਤਰੀ ਕਿਵੇਂ ਆ ਇੱਕ ਤਾਂ ਉਸ ਨੇ ਵੇਚ ਕੇ ਜੋ ਫਾਇਦਾ ਲਿਆ ਹੁਣ ਅੱਜ ਦੀ ਡੇਟ ਤੇ ਅਗਰ ਗੱਲ ਕਰੀਏ ਤੇ ਫਸਲੇ ਜਿਹੜੀ ਬਜਾਈ ਜਿਹੜੀ ਹੁੰਦੀ ਆ ਅਸੂ ਦੀ ਬਜਾਈ ਇਸ ਨੂੰ ਆਪਾਂ ਕਹਿੰਦੇ ਆ ਕਿਉਂ ਪ੍ਰਭਾਵਿਤ ਹੁੰਦੀ ਹੈ ਸਾਡੀ ਕਿਉਂਕਿ ਜਦੋਂ ਤੱਕ ਖੇਤ ਖਾਲੀ ਹੁੰਦੇ ਆ ਉਸ ਵੇਲੇ ਤਾਪ ਮੰਡਿਕ ਜਾਂਦਾ ਤੇ ਫਿਰ ਅਸੀਂ ਜਿਹੜਾ ਬਦਲ ਲਿਆਉਣਾ ਹੁੰਦਾ ਕਣਕ ਤੋਂ ਉਹ ਫਿਰ ਅਸੀਂ ਲਿਆ ਨਹੀਂ ਸਕਦੇ